ਮੈਂ ਕਿਹਾ ਮੰਮੀ ਨੇ ਤਰਫਦਾਰੀ ਤੇ ਆਪਣੀ ਕਰਨੀ ਆ ਹੈਗੇ ਅਜੇ 4 ਦਿਨ ਚਾਹਾਂ ਦਿਨਾਂ ਚ ਬੜਾ ਕੁਝ ਕਰ ਸਕਦੇ ਆਪਾਂ ਕਰਦੇ ਬਹੁਤ ਕੁਝ ਸਕਦੇ ਆ ਮੰਮੀ ਠੀਕ ਨਹੀਂ ਕਿ ਹੈਗੇ ਉਹਨਾਂ ਨੇ ਮੈਨੂੰ ਬੁਲਾਇਆ ਵਾ ਬਹੁਤ ਇਹ ਨਾ ਉਦਾਹਰਣਾਂ ਨਾ ਦਿਆ ਕਰ ਮੈਨੂੰ ਕੰਮ ਤੋਂ ਬਚਣ ਦੀ ਮਾਰੀ ਕੋਈ ਨਾ ਕੋਈ ਬਹਾਨਾ ਲੱਭ ਲੈਣੀ ਆ ਪਤਾ ਨਹੀਂ ਫੋਨ ਆਇਆ ਕਿ ਨਹੀਂ ਆਇਆ ਮੰਮੀ ਜੀ ਕਿਤਨੀਆਂ ਗੱਲਾਂ ਕਰਦੇ ਜੀ ਬਲਜੀਤ ਦੀ ਮੰਮੀ ਬਿਮਾਰ ਆ ਜਾਣਾ ਤੇ ਪੈਣਾ ਹੀ ਆ ਇਹ ਚ ਗਲਤੀ ਵਾਲੀ ਕਿਹੜੀ ਗੱਲ ਵਾ ਤੇਰੀ ਮਾਂ ਬਿਮਾਰ ਵਾ ਜਾਣਾ ਤੇ ਪੈਣਾ ਹੀ ਆ ਕੋਈ ਗੱਲ ਨਹੀਂ ਮੈਂ ਨਹੀਂਗਾ ਜਾਣਾ ਇੱਥੇ ਨਾ ਆਪਣੀ ਜਨਾਨੀ ਦੇ ਸਾਹਣੇ ਖਲੋਤਾ ਰਿਹਾ ਕੋਈ ਕੰਮ ਨਾ ਕਰੀ ਜੇ ਇਹਨੇ ਘਰੋਂ ਪੈਰ ਕੱਢ ਲਿਆ ਨਾ ਤਾਂ ਮੈਂ ਇਹਦਾ ਸਮਾਨ ਚੁੱਕ ਕੇ ਬਾਹਰ ਮਾਰਨਾ ਹੈ ਉਹ ਤਾਂ ਤੂੰ ਨਾ ਟੈਨਸ਼ਨ ਲਿਆ ਕਰ ਇਹਨਾਂ ਨੂੰ ਤਾਂ ਮੈਂ ਤੀਰ ਵਾਂਗੂ ਸਿੱਧੇ ਕਰਕੇ ਰੱਖ ਦਈਆਂ ਮੰਮੀ ਨਾਲੇ ਉੱਥੇ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਰਿਹਾ ਤੁਹਾਨੂੰ ਕਿਹੜੀ ਗੱਲ ਦੀ ਕੋਈ ਟੈਨਸ਼ਨ ਨਹੀਂ ਹੋਣੀ ਉੱਥੇ ਨਾ ਕੀ ਕਹਿਣ ਦੇ ਮੰਮੀ ਤੁਸੀਂ ਕੀ ਸੁਣਿਆ ਉਹ ਸੁਣਨਾ ਕੀ ਆ ਮੰਮੀ ਆਖਣ ਦੇ ਕਿ ਤੁਸੀਂ ਕੰਮ ਤੇ ਜਾਇਆ ਕਰੋ ਤੇ ਤੁਹਾਡੇ ਆਉਂਦੇ ਨੂੰ ਮੈਂ ਸਾਰਾ ਕੰਮ ਤਾਂ ਨਾ ਨਿਬੇੜ ਕੇ ਬਿਠੀ ਆਇਆ ਕਰੂੰਗੀ ਮੰਮੀ ਹਾਂਜੀ ਮੈਂ ਸੋਚਣ ਦੀ ਆ ਕਿ 2 ਦਿਨਾਂ ਨੂੰ ਤੇ ਹੀ ਚੱਲ ਜਾਣਾ ਆ ਅੱਛਾ ਤੇ ਕਿਉਂ ਨਾ ਮੈਂ ਅੱਜ ਪਾਰਲਰ ਜਾਵਾਂ ਮੈਂ ਆਪ ਰੋਟੀ ਖਾਣ ਤੋਂ ਪਹਿਲਾਂ ਨਾ ਮੰਮੀ ਨੂੰ ਫੜਾਉਣੀ ਆ ਗਰਮ ਗਰਮ ਪਰ ਪਤਾ ਨਹੀਂ ਮੰਮੀ ਮੇਰੇ ਨਾਲ ਕਿਉਂ ਇੰਨਾ ਫਰਕ ਕਰਦੀ ਆ ਮੰਮੀ ਇਧਰ ਆ ਗੱਲ ਸੁਣਿਓ ਨਾ ਅੱਗੇ ਤੂੰ ਐਸੀ ਹੀ ਪੈਂਦਾ ਰਿਹਾ ਸਾਰੀ ਉਮਰੇ ਨਾ ਜੇ 10 ਮਿੰਟ ਪੈ ਹੀ ਗਏ ਤੇ ਇਹਨਾਂ ਨੇ ਪਤਾ ਨਹੀਂ ਕਿਉਂ ਅੱਤ ਚੁੱਕ ਲਈ ਆ ਉਹ ਬਾਬਾ ਲੜੋ ਨਾ ਮੈਂ ਉੱਠ ਕੇ ਚੱਲ ਜਾਣਾ ਵਾਂ ਸਹਿਜ ਤੂੰ ਪੁੱਤ ਕਿੰਨਾ ਨਾਲ ਮੱਥਾ ਮਾਰਨ ਡਿਆ ਜਿਨ੍ਹਾਂ ਨੂੰ ਬੋਲਣ ਦੀ ਜਾਚ ਨਹੀਂ ਤੂੰ ਗਰਮ ਨਾ ਹੋ ਤੇ ਜਾ ਆਪਣੇ ਕਮਰੇ ਚੱਲ ਮੈਂ ਨਿੰਬੂ ਪਾਣੀ ਬਣਾ ਕੇ ਲਿਆਉਣੀ ਮੰਮੀ ਮੈਂ ਸਮਝਾਉਣ ਆਈ ਬਾਕੀ ਸਮਝਣਾ ਨਹੀਂ ਸਮਝਣਾ ਇਹਨਾਂ ਦੀ ਮਰਜ਼ੀ ਆ ਨਹੀਂ ਦੋ ਚੰਗੀ ਤਰ੍ਹਾਂ ਦੇ ਨਿੰਬੂ ਪਾਣੀ ਬੋਲਣ ਦੀ ਨੂੰ ਅਕਲ ਨਹੀਂ ਹੈਗੀ ਵੱਡੇ ਨਿੱਕੇ ਨਾਲ ਤੁਹਾਨੂੰ ਸਮਝਾਉਣ ਨਹੀਂ ਡਿਆ ਮੈਂ ਕੋਈ ਗਲਤ ਨਹੀਂ ਕਰਨ ਡਿਆ ਨਹੀਂ ਤੂੰ ਵੱਡਾ ਸਾਡੇ ਨਾਲ ਸਮਝਾਉਂਦੇ ਆ ਨਹੀਂ ਚੁੱਪ ਕਰ ਮੈਂ ਉਹਨੂੰ ਨਿੰਬੂ ਪਾਣੀ ਬਣਾ ਕੇ ਦਿੰਨੀ ਐਵੇਂ ਗਰਮ ਕਰੀ ਜਾਨੀ ਉਹਨੂੰ ਆਣੀ ਮਣੀ ਆ ਨਾ ਇਹਨਾਂ ਤਾਂ ਬੋਲਣ ਦੀ ਮਾਸਾ ਅਕਲ ਨਹੀਂ ਹੈਗੀ ਦੀਦੀ ਤਾਂ ਤੂੰ ਤੇ ਆ ਗਈ ਆ ਨਹੀਂ ਤੇ ਤੂੰ ਮੰਮੀ ਨੂੰ ਆ ਕੇ ਸਮਝਾ ਨਾ ਉਹਨੂੰ